ਮੈਂ ਸਵਾਏ ਇਕਰਾ ਤੋਂ ਕਿਸੇ ਕੁੜੀ ਨੂੰ ਆਫਰ ਕੀਤੀ ਹੋਵੇ, ਇੱਥੇ ਹੀ ਸਾਹ ਨਿਕਲ ਜਾਣ। ਉਹ ਮੈਂ ਸਦਕੇ ਜਾਵਾਂ, ਉਹ ਮੈਂ ਮਰ ਜਾਵਾਂ, ਉਹ ਮੇਰਾ ਬੱਚਾ, ਉਹ ਅੰਗਰੇਜ਼ਾਂ ਦਾ ਬੱਚਾ। ਤੁਹਾਡੇ ਨਾਲ ਮਜ਼ਾ ਹੀ ਇੰਨਾ ਆਉਂਦਾ ਵਿੱਕੀ ਬਾਬੂ। ਮੇਰੇ ਨਾਲ ਮਜ਼ਾ ਕਿ ਮੈਂ ਝੋਲੀ 'ਚ ਬਹਿ ਕੇ ਇੰਟਰਵਿਊ ਕਰਨਾ। ਅਤੇ ਮੇਰੇ ਵਾਲ ਸਾਹਿਬ ਨੂੰ ਕੋਈ ਪੁੱਛੇ ਤਾਂ ਉਹ ਕਹਿੰਦੇ ਹੁੰਦੇ ਅਸੀਂ ਫੈਮਿਲੀ 'ਚ ਨਜ਼ਰ ਵੱਟੂ ਰੱਖੇ। ਉਹ ਬਖਤੂ ਤੂੰ ਇੱਥੇ, ਔਰ ਮੈਂ ਲਾਣਤ ਭੇਜਣਾ ਉਸ ਸ਼ਖਸ 'ਤੇ ਜਿਹਨੇ ਮੇਰੇ ਉਸਤਾਦ ਦੇ ਬਾਰੇ, ਮੇਰੇ ਸਰਦਾਰ ਸਾਹਿਬ ਦੇ ਬਾਰੇ ਏਡੀਆਂ ਘਟੀਆ ਗੱਲਾਂ ਕੀਤੀਆਂ ਨੇ। ਅਸਲਾਮ ਅਲੈਕੁਮ ਦੋਸਤੋ, ਮੈਂ ਨਈਮ ਸ਼ੌਕੀ, ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਨੇੜੇ ਹੋਵੋ ਜ਼ਰਾ। ਭਾਈ ਵਿੱਕੀ ਕੋਲ ਜਿੰਨੀ ਵਾਰੀ ਆਈਦਾ ਉਸ ਤੋਂ ਜ਼ਿਆਦਾ ਮਜ਼ਾ ਆਉਂਦਾ, ਅਤੇ ਅੱਜ ਫਿਰ ਅਸੀਂ ਵਿੱਕੀ ਭਾਈ ਦੇ ਕੋਲ ਪਹੁੰਚੇ ਹਾਂ। ਮੇਰੇ ਨਾਲ ਰਹਿਣਾ, ਤੁਹਾਨੂੰ ਬਹੁਤ ਮਜ਼ਾ ਆਏਗਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। 1 2 3 4, ਇਹ ਮੈਨੂੰ ਲੱਗਦਾ ਤੈਨੂੰ ਘਰੋਂ ਜਵਾਬ ਹੋਇਆ। ਤੁਹਾਡੇ ਨਾਲ ਮਜ਼ਾ ਹੀ ਇੰਨਾ ਆਉਂਦਾ ਵਿੱਕੀ ਬਾਬੂ। ਮੇਰੇ ਨਾਲ ਮਜ਼ਾ ਕਿ ਮੈਂ ਝੋਲੀ 'ਚ ਬਹਿ ਕੇ ਇੰਟਰਵਿਊ ਕਰਨਾ। ਤੁਸੀਂ ਝੋਲੀ 'ਚ ਬਹਿ ਰਹੇ ਹੋ, ਆਰਾਮ ਨਾਲ ਕਿਉਂ ਨਹੀਂ ਬਹਿ ਰਹੇ? ਆਰਾਮ ਦੇ ਹੱਕ 'ਚ ਕਿਉਂ ਨਹੀਂ ਬਹਿ ਰਹੇ? ਆਰਾਮ ਨਾਲ ਬੈਠਿਆ ਨਹੀਂ ਜਾਂਦਾ, ਨਾਲੇ ਸਾਨੂੰ ਉਹਨੇ ਹੁਣ ਬਹਿਣ ਕੌਣ ਦਿੰਦਾ ਜੀ? ਸਾਨੂੰ ਤਾਂ ਇੱਧਰੋਂ ਡੰਡਾ ਵੱਜਦਾ ਸੀ, ਅਗਲੇ 'ਚ ਵੱਜ ਕੇ ਕਹਿੰਦੇ ਅੰਨਾ। ਅੱਛਾ ਵਿੱਕੀ ਬਾਬੂ, ਮੈਨੂੰ ਤਾਂ ਪਤਾ ਹੀ ਹੈ ਤੁਸੀਂ ਭਾਈ ਹੋ ਛੋਟੇ, ਕਿੰਨੇ ਭੈਣ ਭਰਾ ਹੋ? ਅਸੀਂ 4 ਭੈਣ ਭਾਈ ਹਾਂ। ਮੈਂ ਅਤੇ ਛੋਟੀ ਸਿਸਟਰ ਬਲਾਇੰਡ ਹੈ। ਅੱਛਾ ਜੀ। ਦੂਸਰੇ ਦੋ ਸਹੀ ਨੇ, ਅਸੀਂ ਕਦੀ ਦੁੱਖ ਨਹੀਂ ਕੀਤਾ ਕਿ ਅਸੀਂ ਬਲਾਇੰਡ ਹਾਂ। ਉਹ ਮੇਰੇ ਵਾਲ ਸਾਹਿਬ ਨੂੰ ਕੋਈ ਪੁੱਛੇ ਤਾਂ ਉਹ ਕਹਿੰਦੇ ਹੁੰਦੇ ਅਸੀਂ ਫੈਮਿਲੀ 'ਚ ਨਜ਼ਰ ਵੱਟੂ ਰੱਖੇ। ਅਤੇ ਡੈਡੀ ਕੀ ਕਰਦੇ ਨੇ? ਡੈਡੀ ਜੀ ਆਪਣਾ ਡਰਾਈਵਿੰਗ ਕਰਦੇ ਨੇ, ਨਾਲ ਜੁੱਤੀਆਂ ਦੀ ਸ਼ੋਪ ਹੈ ਉਹਨਾਂ ਦੀ। ਅੱਛਾ ਵਿੱਕੀ ਬਾਬੂ, ਅੱਜ ਕੱਲ੍ਹ ਤੁਸੀਂ ਬੜਾ ਅਲੱਦਾ ਅਲੱਦਾ ਯੂਟਿਊਬ ਚੈਨਲਾਂ 'ਤੇ ਨਜ਼ਰ ਆ ਰਹੇ ਹੋ। ਇੱਕ ਤੁਹਾਡੇ ਨਾਲ ਸਵਾਲ ਹੈ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਬਹੁਤ ਦੁਨੀਆ ਤੁਹਾਨੂੰ ਪਸੰਦ ਕਰ ਰਹੀ, ਇਹਦੀ ਪੇ ਲੈ ਰਹੇ ਹੋ? ਪੇਸ਼ੇ 'ਤੇ ਫਿਲ ਵਕਤ ਹਾਲੇ ਕੁਝ ਵੀ ਨਹੀਂ, ਹਾਲੇ ਸਿਰਫ ਕੰਮ ਹੀ ਕਰ ਰਹੇ, ਸਟਰਗਲ ਦੇ ਦਿਨ ਚੱਲ ਰਹੇ ਨੇ। ਤੁਸੀਂ ਤਾਂ ਬੜੇ ਮਸ਼ਹੂਰ ਹੋ, ਲੋਕ ਤੁਹਾਡੇ ਨਾਲ ਬੜੀ ਮੁਹੱਬਤ ਕਰਦੇ, ਪਿਆਰ ਕਰਦੇ, ਅਕਸਰ ਮੋਬਾਈਲ ਖੋਲੀਏ ਜਾਂ ਯੂਟਿਊਬ ਖੋਲੀਏ ਤੁਸੀਂ ਹੀ ਨਜ਼ਰ ਆਉਂਦੇ। ਇਹ ਤਾਂ ਲੋਕਾਂ ਨੂੰ ਫਿਰ ਚਾਹੀਦਾ ਨਾ ਕਿ ਯਾਰ ਕੋਈ ਦਸਤ ਪੰਜਾ ਵੀ ਕਰਿਆ ਕਰਨ, ਕਿ ਖਾਲੀ ਮੁਹੱਬਤ ਨਾਲ ਕੰਮ ਥੋੜ੍ਹੀ ਚੱਲਦਾ। ਅੱਛਾ, ਮੈਂ ਜਿਹੜੇ ਯੂਟਿਊਬਰ ਮੇਰੇ ਭਰਾ ਨੇ ਜਾਂ ਵੱਡੇ ਚੈਨਲਸ ਨੇ, ਮੈਂ ਪਲੀਜ਼ ਉਹਨਾਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਵਿੱਕੀ ਬਾਬੂ ਦਾ ਵੀਡੀਓ ਕੱਢ ਕੇ ਜ਼ਰੂਰ ਦੇਖਣਾ। ਇੱਕ ਹੁੰਦਾ ਨਾ ਟੈਲੈਂਟ ਕੁੱਟ ਕੁੱਟ ਭਰਿਆ, ਇਹ ਉਹ ਫਨਕਾਰ ਨੇ ਕਿ ਮਾਰ ਮੱਤ ਦੇਣਗੇ ਜਿਸ ਚੈਨਲ 'ਤੇ ਬਹਿਣਗੇ ਜਾਂ ਜਿੱਥੇ ਕੰਮ ਕਰਨਗੇ। ਇਹਨਾਂ 'ਚ ਬਹੁਤ ਜ਼ਿਆਦਾ ਮਮਿਕਰੀ, ਬਹੁਤ ਜ਼ਿਆਦਾ ਕੋਮੇਡੀਅਨ ਔਰ ਪੱਕੇ ਥਿੱਥੇ ਫਨਕਾਰ ਨੇ। ਔਰ ਜਿਹੜੇ ਬੰਦੇ ਇਹਨਾਂ ਦਾ ਕੰਮ ਕਰਨ ਆਉਂਦੇ ਨੇ ਜਾਂ ਰਿਕਾਰਡਿੰਗ ਕਰਨ ਆਉਂਦੇ ਨੇ, ਉਹ ਭਾਵੇਂ ਥੋੜ੍ਹੀ ਫੀਸ ਦਿਆ ਕਰਨ, ਵਿੱਕੀ ਬਾਈ ਨੂੰ ਜ਼ਰੂਰ ਦਿਆ ਕਰਨ। ਇੱਕ ਤਾਂ ਵਿੱਕੀ ਬਾਈ ਪਦੈਸ਼ੀ ਨਵੀਨਾ ਨੇ, ਔਰ ਬੜੀ ਗੱਲ ਹੈ ਕਿ ਨਜ਼ਰ ਨਹੀਂ ਆਉਂਦਾ, ਔਰ ਆਰਟ ਇਹਨਾਂ ਦੇ ਅੰਦਰ ਇੰਨਾ ਕਿ ਜਿਹਨੂੰ ਨਜ਼ਰ ਆਉਂਦਾ ਉਹ ਵੀ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਅਤੇ ਵਿੱਕੀ ਭਾਈ ਨੂੰ ਸਪੈਸ਼ਲੀ ਮੈਂ ਇਹ ਪੁੱਛਾਂਗਾ ਤੁਹਾਨੂੰ ਕਿ ਫੈਮਿਲੀ 'ਚੋਂ ਸਪੋਰਟ ਕੀਤਾ ਕਿਸੇ ਨੇ? ਫੈਮਿਲੀ ਦੇ ਵਿੱਚ ਵੱਡਾ ਨਾਂ ਇਕਬਾਲ ਦਰਵੇਸ਼, ਉਹ ਮੇਰਾ ਨਾਨਾ ਸੀ। ਅੱਛਾ ਜੀ, ਮੈਂ ਉਹਨਾਂ ਦਾ ਬਹੁਤ ਫੈਨ ਹਾਂ ਜੀ। ਦਰਵੇਸ਼ ਸਾਹਿਬ ਵੱਡੀ ਦੁਨੀਆ, ਮੇਰੇ ਨਾਨਾ ਜੀ ਨੇ, ਲੇਕਿਨ ਮੈਂ ਉਹਨਾਂ ਦਾ ਨਾਂ ਵੀ ਯੂਜ਼ ਕਰਦਾ ਹੁੰਦਾ ਹਰ ਜਗ੍ਹਾ 'ਤੇ। ਉਹ ਤਾਂ ਦੇਖੋ ਨਾ, ਸ਼ੋਬਿਜ਼ ਦੇ ਨਾਲ ਜਿਹੜਾ ਹੈ ਵਿਵਸਥਾ ਸਨ, ਅਤੇ ਦੂਸਰੀ ਗੱਲ ਰਮਜ਼ਾਨ ਜਾਨੀ ਸਾਹਿਬ ਕਮਾਲ ਥੀਏਟਰ ਵਾਲੇ, ਹਾਂਜੀ, ਉਹ ਮੇਰੇ ਉਸਤਾਦ ਨੇ, ਨਾਲੇ ਮੇਰੇ ਤਾਇਆ ਜੀ ਵੀ ਨੇ। ਚੰਗਾ ਗਾਉਂਦੇ ਨੇ ਬਾਈ, ਮੈਂ ਕਹਿੰਦਾ ਬਹੁਤ ਪੱਕੇ ਫਨਕਾਰ ਨੇ, ਅਤੇ ਵੈਸੇ ਤਾਂ ਅਸੀਂ ਮਲਕ ਬਰਾਦਰੀ ਨਾਲ ਸਾਡਾ ਤਲਕ ਹੈ। ਅੱਛਾ, ਸਾਰੀਆਂ ਸਾਨੂੰ ਜੁਗਤਾਂ ਜਗਤਾਂ ਕਰਕੇ ਸਾਨੂੰ ਸਾਈਡ 'ਤੇ ਲਾ ਕੇ ਅਤੇ ਆਪ ਮਲਕ ਬਣ ਜਾਂਦੇ? ਹੱਸਦਾ ਇੰਝ ਲੱਗਦਾ ਜਿਵੇਂ ਨਕਸ਼ੇ ਕਦਮ 'ਤੇ ਜਰਾਬ ਚੜ੍ਹਾਈ ਹੁੰਦੀ। ਕਿਆ ਕਹਿਣੇ, ਹੈਂ, ਜਿਵੇਂ ਜਰਾਬਾਂ 'ਚ ਕਾਰਤੂਸ ਜੋੜੇ ਹੁੰਦੇ। ਅੱਛਾ, ਤੁਸੀਂ ਜੁਗਤਾਂ ਮੈਨੂੰ ਬਹੁਤ ਕਰੋਗੇ। ਇਹ ਦੱਸੋ, ਕਿਆ ਜਿਹੜਾ ਤੁਸੀਂ ਅੱਜ ਕੱਲ੍ਹ ਕੁੜੀਆਂ ਨੂੰ ਵਿਆਹ ਵਿਊ ਦੀ ਆਫਰ ਕਰ ਰਹੇ ਹੋ, ਤੁਹਾਨੂੰ ਜ਼ਰਾ ਸ਼ਰਮ ਨਹੀਂ ਆ ਰਹੀ? ਲਓ ਜੀ, ਮੈਨੂੰ ਕਸਮ ਹੈ ਜਮਨ ਵਾਲੀ ਦੀ, ਮੈਂ ਸਵਾਏ ਇਕਰਾ ਤੋਂ ਕਿਸੇ ਕੁੜੀ ਨੂੰ ਆਫਰ ਕੀਤੀ ਹੋਵੇ, ਇੱਥੇ ਹੀ ਸਾਹ ਨਿਕਲ ਜਾਣ। ਇਕਰਾ ਦੇ ਨਾਲ ਤੁਸੀਂ ਅਗਰ ਤੁਹਾਡੀ ਸ਼ਾਦੀ ਹੋ ਜਾਂਦੀ ਤਾਂ ਤੁਹਾਨੂੰ ਮਨਜ਼ੂਰ? ਇਹ ਮੈਂ ਜਾਣਦਾ ਹਾਂ ਕਿ ਕਿਸਮਤ ਮੇਂ ਨਹੀਂ ਹੈ ਇਕਰਾ ਮੇਰੀ, ਇਹ ਮੈਂ ਜਾਣਦਾ ਹਾਂ ਕਿ ਕਿਸਮਤ ਮੇਂ ਨਹੀਂ ਹੈ ਇਕਰਾ ਮੇਰੀ, ਫਿਰ ਵੀ ਲੱਪੇ ਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ।
ਫਿਰ ਤੁਹਾਨੂੰ ਦਿਲ ਦੀ ਗੱਲ ਦੱਸੀ ਆ। ਅੱਛਾ ਸਪੈਸ਼ਲੀ ਤੁਸੀਂ ਇਹ ਦੱਸੋ ਕਿ ਥੀਏਟਰ ਦੇ ਕਿਹੜਾ ਫਨਕਾਰ ਬਹੁਤ ਪਸੰਦ? ਥੀਏਟਰ ਦੇ ਵਿੱਚ ਜਿਹੜਾ ਜਿਹੜਾ ਵੀ ਫਨਕਾਰ ਹੈ ਨਾ, ਮਾਨੁੱਲਾ ਖਾਨ ਸਾਹਿਬ, ਬੱਬੂ ਬਰਾਰ ਖਾਨ ਸਾਹਿਬ, ਸ਼ੋਕੀ ਖਾਨ ਸਾਹਿਬ, ਮਸਤਾਨਾ ਸਾਹਿਬ, ਹਰ ਫਨਕਾਰ ਹੀ ਬਹੁਤ ਅੱਛਾ ਹੈ ਕਿਉਂਕਿ ਉਹ ਆਪਣੇ ਗਮ ਸੀਨੇ 'ਚ ਦਫਨ ਕਰਕੇ ਅਤੇ ਲੋਕਾਂ ਨੂੰ ਹਸਾ ਰਹੇ ਹੁੰਦੇ ਨੇ। ਰੀਸੈਂਟਲੀ ਜਿਹੜੇ ਫਨਕਾਰ ਇਸ ਦੁਨੀਆ ਤੋਂ ਗਏ, ਚਲੇ ਸਾਰਿਆਂ ਦਾ ਮੈਂ ਨਾਂ ਲਿਆ, ਲੇਕਿਨ ਰੀਸੈਂਟਲੀ ਦਾਰਾ ਬਾਬੂ, ਉਹਨਾਂ ਦੀ ਕਮੀ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੇ ਕੋਈ ਕਮੀ ਹੈ ਤਾਂ ਉਹ ਉਹਨਾਂ ਦੀ ਹੈ, ਉਹਨਾਂ ਦੀ ਰਹੇਗੀ। ਮੈਂ ਉਹਨਾਂ ਨੂੰ ਬਹੁਤ ਮਿਸ ਕਰ ਰਿਹਾ, ਕਰਦਾ ਵਾਂ ਅਤੇ ਕਰਦਾ ਰਹਾਂਗਾ। ਅਸੀਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਾਂ। ਮੇਰੇ ਉਸਤਾਦ, ਮੇਰੇ ਸੀਨੀਅਰ, ਮੇਰੇ ਬਾਪ ਸਨ ਸਾਡੇ ਨਾਲ, ਉਹਨਾਂ ਦੀ ਸ਼ਫਕਤ ਇੱਕ ਬਾਪ ਦੀ ਤਰ੍ਹਾਂ ਰਹੀ ਸਰਦਾਰ ਸਾਹਿਬ ਦੀ। ਤੁਹਾਡਾ ਰਿਸ਼ਤਾ ਸੀ ਉਹਨਾਂ ਨਾਲ ਉਸਤਾਦ ਦੀ ਸ਼ਗਿਰਦੀ ਦਾ, ਮੇਰਾ ਕੀ ਰਿਸ਼ਤਾ ਸੀ ਸਰਦਾਰ ਸਾਹਿਬ ਦੇ ਨਾਲ? ਮੈਂ ਤਾਂ ਬਗੈਰ ਵੇਖਿਓ ਉਹਨਾਂ ਦਾ ਐਸਾ ਫੈਨ ਹੋਇਆ ਸਾਂ ਕਿ ਮੈਂ ਉਹਨਾਂ ਨੂੰ ਰੂਹਾਨੀ ਉਸਤਾਦ ਮੰਨਿਆ। ਔਰ ਮਜ਼ਾਕਰਾਤ ਦੇ ਵਿੱਚ ਇੱਕ ਮੇਰੀ ਤਸਵੀਰ ਵਾਇਰਲ ਹੋਈ ਸੀ, ਮੈਂ ਪਿੱਛੇ ਜਾ ਕੇ ਅਤੇ ਉਹਨਾਂ ਨੂੰ ਮੈਂ ਕਿਹਾ ਸਰਦਾਰ ਸਾਹਿਬ ਮੈਂ ਤੁਹਾਡੇ ਕੋਲੋਂ ਕੁਝ ਲੈਣਾ ਚਾਹੁੰਦਾ। ਉਹਨਾਂ ਕੀ ਲੈਣਾ ਚਾਹੁੰਦੇ, ਮੈਂ ਮੂੰਹ ਫੜ ਕੇ ਅਤੇ ਉਹਨਾਂ ਦੀ ਚੁੰਮੀ ਲੈ ਲਈ। ਕਮਾਲ ਥੀਏਟਰ ਦੇ ਵਿੱਚ ਮੇਰੀ ਮੁਲਾਕਾਤ ਹੋਈ ਅਤੇ ਮੈਂ ਕਿਹਾ ਮੈਂ ਫਿਰ ਕੁਝ ਲੈਣਾ ਚਾਹੁੰਦਾ। ਕਹਿੰਦਾ ਯਾਰ ਇਹੋ ਹੀ ਗੱਲ ਰਹਿ ਗਈ ਸੀ, ਜੇ ਇਹਦੇ ਤੋਂ ਲੈਣੀ ਹੋ ਤਾਂ ਲੈ ਲੈ। ਐਡੇ ਸ਼ਫੀਕ ਬੰਦੇ। ਮੈਂ ਕਿਹਾ ਸਰ ਮੈਂ ਤੁਹਾਡਾ ਸ਼ਗਿਰਦ ਹੋਣਾ ਚਾਹੁੰਦਾ ਅਤੇ ਤੁਸੀਂ ਮੈਨੂੰ ਆਪਣਾ ਨਾਂ ਦਿਓ। ਉਹਨਾਂ ਕਹਾ ਜੀ ਮੈਂ ਨਾਮ ਦੇ ਸਕਦਾ ਹਾਂ, ਕਾਮ ਨਹੀਂ ਦੇ ਸਕਦਾ। ਜਿਸ ਵੇਲੇ ਉਹਨਾਂ ਨੂੰ ਮੈਂ ਕੁਝ ਚਾਰ ਪੰਜ ਆਵਾਜ਼ਾਂ ਕੱਢ ਕੇ ਸੁਣਾਈਆਂ, ਉਹਨਾਂ ਕਿਹਾ ਮੈਂ ਸਰਦਾਰ ਕਮਾਲ, ਤੂੰ ਵਕਾਰ ਕਮਾਲ। ਹਾਏ 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 ਹਾਏ, ਇਹ ਉਸਤਾਦ ਜੀ ਨੇ ਲਕਬ ਦਿੱਤਾ ਸੀ। ਅੱਛਾ ਬਿਲਕੁਲ, ਸਰਦਾਰ ਸਾਹਿਬ ਇਸ ਤਰ੍ਹਾਂ ਕਿ ਜਿਵੇਂ ਉਹਨਾਂ ਦਾ ਨਾਂ ਹੁੰਦਾ ਅਤੇ ਜਿਵੇਂ ਕੋਈ ਜਿਸਮ 'ਚ ਕੋਈ ਚੀਜ਼ ਨਹੀਂ ਨਿਕਲ ਜਾਂਦੀ। ਕਮਾਲ ਹੀ ਆ। ਅੱਛਾ ਸੀਨੀਅਰ ਸਾਰੇ ਹੀ ਸਾਡੇ, ਜਿੰਨੇ ਵੀ ਸਾਡੇ ਸੀਨੀਅਰ ਨੇ ਸਾਰੇ ਹੀ, ਰੱਬ ਸੋਹਣਾ ਉਹਨਾਂ ਨੂੰ ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ। ਜਿਹੜੇ ਚਲੇ ਗਏ ਨੇ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਜਿਹੜੇ ਹਯਾਤ ਨੇ ਅੱਲਾਹ ਪਾਕ ਉਹਨਾਂ ਨੂੰ ਲੰਮੀ ਜ਼ਿੰਦਗੀ ਦੇਵੇ, ਸਾਡੀਆਂ ਢੇਰਾਂ ਦੁਆਵਾਂ। ਮੈਂ ਕਿੰਨਾ ਕਮਾਲ ਆ। ਸਰਦਾਰ ਕਮਾਲ ਸਾਹਿਬ ਦੇ ਨਾਲ ਮੇਰਾ ਜਹਾਜ਼ ਦਾ ਇੱਕ ਸਫ਼ਰ ਸੀ ਕੀਤਾ ਕਰਾਚੀ ਦਾ, ਅਤੇ ਡਰਾਮਾ ਦੀ ਮੌਲਾ ਖੁਸ਼ ਰੱਖੇ। ਫਿਰ ਅਸੀਂ ਹੋਟਲ 'ਚ ਵੀ ਇਕੱਠਿਆ ਰਹੇ, ਫਿਰ ਅਸੀਂ ਵਨ ਮੈਨ 'ਚ, ਉਹਨਾਂ ਦਾ ਸ਼ਫਕਤ ਹੀ ਬਾਪ ਦੀ ਤਰ੍ਹਾਂ ਸੀ। ਕੀ ਕਹਿੰਦੇ, ਉਹ ਬੜੇ ਇੱਕ ਨਫੀਸ ਇਨਸਾਨ ਸਨ। ਯਾਰ ਮੈਂ ਦੇਖੋ ਮੇਰੀ ਗੱਲ ਸੁਣੋ, ਇੱਕ ਸਾਲ ਮੇਰਾ ਖਿਆਲ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਉਹਨਾਂ ਨੂੰ ਮਜ਼ਾਕਰਾਤ ਕਰਦੇ ਆ, ਔਰ ਮੈਂ ਜੋ ਇਮਰਾਨ ਅਸ਼ਰਫ ਸਾਹਿਬ ਨੂੰ ਰੋਂਦਿਆਂ ਦੇਖਿਆ, ਕਿਉਂਕਿ ਸਖਾਵਤ ਸਾਹਿਬ ਤਾਂ ਰੋਏ ਨੇ, ਠੀਕ ਹੈ ਵਿੱਕੀ ਸਾਹਿਬ ਵੀ ਰੋਏ ਨੇ, ਜਵਾਬ ਸਾਹਿਬ, ਉਹਨਾਂ ਦਾ ਲੋਕ ਕਹਿਣਗੇ ਵੀ ਉਹਨਾਂ ਨੇ ਜ਼ਿੰਦਗੀਆਂ ਗੁਜ਼ਾਰੀਆਂ ਉਹਦੇ ਨਾਲ। ਇੱਕ ਸਾਲ ਇਮਰਾਨ ਅਸ਼ਰਫ ਨੇ ਗੁਜ਼ਾਰਿਆ, ਇੱਕੋ ਹੀ ਸਾਲ ਨਜ਼ਾਕਤ ਸਾਹਿਬ ਦੇ ਪੁੱਤਰ ਨੇ ਗੁਜ਼ਾਰਿਆ ਆਉਣ ਅਲੀ ਖਾਨ ਨੇ। ਔਰ ਆਉਣ ਅਲੀ ਖਾਨ ਦਾ ਇੰਟਰਵਿਊ ਮੈਂ ਜਦੋਂ ਸੁਣਿਆ ਤਾਂ ਮੈਂ ਹੈਰਾਨ ਹੋਇਆ ਵਾਂ ਕਿ ਪੂਰੀ ਟੀਮ ਦੇ ਵਿੱਚ ਜਦੋਂ ਇੱਕ ਜਗ੍ਹਾ 'ਤੇ ਰਹਿੰਦੇ ਉਹ ਤਾਂ ਲੜਾਈ ਵੀ ਹੁੰਦੀ, ਝਗੜਾ ਵੀ ਹੁੰਦਾ ਜ਼ਾਹਿਰ, ਅਤੇ ਉਹਨੇ ਕਿਹਾ ਸਾਡੀਆਂ ਲੜਾਈਆਂ ਹੁੰਦੀਆਂ ਅਤੇ ਸਰਦਾਰ ਕਮਾਲ ਵਿੱਚ ਸੁਲਾਹ ਕਰਾਉਣ ਵਾਲਾ ਹੀ ਹੁੰਦਾ ਸੀ। ਸਰ ਸਰਦਾਰ ਸਾਹਿਬ ਦੁਨੀਆ 'ਤੇ ਆਏ ਹੀ ਲੋਕਾਂ ਨੂੰ ਮਿਲਾਉਣ ਵਾਸਤੇ ਸਨ, ਸੁਲਾਹ ਕਰਾਉਣ ਵਾਸਤੇ। ਉਹ ਇਸ ਤਰ੍ਹਾਂ ਦੇ ਸੀਨੀਅਰ ਸਨ ਕਿ ਜਿਹੜਾ ਬੰਦਾ ਇੱਕ ਦਿਨ ਵੀ ਫੀਲਡ 'ਚ ਹੋ ਗਿਆ ਨਾ ਜਿਹਨੂੰ, ਉਹਨੂੰ ਵੀ ਸਾਹਿਬ ਹੀ ਕਿਹਾ, ਉਹਨਾਂ ਰਕਸ਼ੇ ਵਾਲੇ ਨੂੰ ਵੀ ਸਾਹਿਬ ਹੀ ਕਿਹਾ, ਉਹਨਾਂ ਟਾਂਗੇ ਵਾਲੇ ਨੂੰ ਵੀ ਸਾਹਿਬ ਹੀ ਕਿਹਾ, ਉਹਨਾਂ ਸੜਕ ਤੋਂ ਲੰਘਦੇ ਬੰਦੇ ਨੂੰ ਵੀ ਸਾਹਿਬ ਹੀ ਕਿਹਾ। ਮੈਂ ਕਮਾਲ ਥੀਏਟਰ ਤੋਂ ਬਾਹਰ ਨਿਕਲਿਆ, ਮੈਨੂੰ ਪਤਾ ਕਿ ਤੁਹਾਨੂੰ ਵੀ ਪਤਾ ਤੁਸੀਂ ਵੀ ਅਦਾਕਾਰ ਹੋ, ਇੰਟਰਵਲ ਤੋਂ ਪਹਿਲੇ ਪਹਿਲੇ ਵੱਡੇ ਅਦਾਕਾਰਾਂ ਨੇ ਚਲੇ ਜਾਣਾ ਹੁੰਦਾ। ਹਾਂਜੀ ਐਸਾ ਹੀ। ਉਸ ਤੋਂ ਬਾਅਦ ਛੋਟੇ ਰਹਿ ਜਾਂਦੇ ਨੇ ਜਿਹੜੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ, ਜਾਂ ਜੋ ਵੀ ਤੁਸੀਂ ਉਹਨਾਂ ਨੂੰ ਕਹੀ, ਤਕਰੀਬਨ ਟੈਕਨੀਸ਼ੀਅਨ ਰਹਿ ਜਾਂਦੇ ਨੇ। ਹਾਂਜੀ, ਜਿਹੜੇ ਆਵਾਜ਼ਾਂ ਆਵਾਜ਼ਾਂ ਦੇਣ ਵਾਲੇ। ਇੰਟਰਵਲ ਹੋਇਆ ਅਤੇ ਮੈਂ ਬਾਹਰੋਂ ਨਿਕਲਿਆ ਅਤੇ ਮੈਨੂੰ ਇੱਕ ਗਾਰਡ ਨੇ ਕਿਹਾ ਕਿੱਧਰ? ਮੈਂ ਕਿਹਾ ਮੈਂ ਸਰਦਾਰ ਕਮਾਲ ਨੂੰ ਮਿਲਣਾ। ਉਹ ਕਹਿੰਦਾ ਤੂੰ ਸਰਦਾਰ ਕਮਾਲ ਨੂੰ ਮਿਲ ਕੇ ਹੀ ਕਰਨਾ। ਅਤੇ ਪਿੱਛੇ ਇੱਕ ਬੰਦਾ ਆਇਆ ਅਤੇ ਮੈਨੂੰ ਜੱਫੀ ਪਾ ਕੇ ਕਹਿੰਦਾ ਉਹ ਛੱਡ ਯਾਰ, ਸਰਦਾਰ ਕਮਾਲ ਵੀ ਕੋਈ ਬੰਦਿਆਂ 'ਚ ਬੰਦਾ। ਅੱਛਾ, ਮੈਂ ਉਹਨੂੰ ਗਾਲੀ ਕੱਢਣ ਲੱਗਾ ਅਤੇ ਮੈਂ ਕਿਹਾ ਤੂੰ ਕੌਣ ਹੈ? ਕਹਿੰਦਾ ਮੈਂ ਸੁਲਤਾਨ। ਮੈਂ ਕਿਹਾ ਜੀ ਕਿਹੜਾ ਸੁਲਤਾਨ? ਕਹਿੰਦਾ ਉਹ ਚੂੜੀਆਂ ਫਿਲਮ ਵਾਲਾ ਸੁਲਤਾਨ ਜਿਹਦੇ 'ਚ ਰੌਲਾ ਪਾਇਆ ਸੀ।
ਔਰ ਖੁਦਾ ਦੀ ਕਸਮ ਮੇਰੇ ਪੈਰਾਂ ਥੋੜ੍ਹਾ ਜ਼ਮੀਨ ਨਿਕਲ ਗਈ ਕਿ ਯਾਰ ਸਰਦਾਰ ਕਮਾਲ, ਹਾਲਾਂਕਿ ਫਨਕਾਰ ਦੀਆਂ ਕੋਈ ਦੋ ਕੁ ਟੇਪਾਂ ਚੱਲ ਜਾਣ ਅਤੇ ਉਹਦੇ 'ਚ ਆਕੜ ਹੀ ਇੰਨੀ ਕੁ ਆ ਜਾਂਦੀ ਹੈ ਕਿ ਉਹ ਭਾਵੇਂ ਉਹਨੂੰ ਉੱਪਰ ਦੀ ਗੱਡੀ ਕਰਾਉਣੀ ਪਵੇ ਬਹਿਣਾ ਉਹਨੇ ਬਾਜ਼ਾਰੋਂ 'ਚ ਹੀ ਹੁੰਦਾ ਅਤੇ ਮੈਨੂੰ ਉਤਰ ਕੇ ਮਿਲੇ ਨੇ। ਮੈਂ ਕਿਹਾ ਯਾਰ ਕਿਆ ਬਾਤ, ਕਿਆ ਕਹਿਣੇ, ਉਹ ਮੈਂ ਸਦਕੇ ਜਾਵਾਂ, ਉਹ ਮੈਂ ਮਰ ਜਾਵਾਂ, ਉਹ ਮੇਰਾ ਬੱਚਾ, ਉਹ ਅੰਗਰੇਜ਼ਾਂ ਦਾ ਬੱਚਾ, ਔਰ ਪੁੱਤਰ ਓਏ ਓਏ ਅੱਗੇ ਵੱਧ ਕੇ ਮਲੰਗਾਂ ਕੋ ਪਿਆਰ ਲੈ ਓਏ, ਬਾਬੇ ਦੇ ਮਲੰਗ ਬਈ, ਬਾਬੇ ਦੇ ਮਲੰਗ, ਬਾਬੇ ਦੇ ਮਲੰਗ ਬਈ, ਬਾਬੇ ਦੇ ਮਲੰਗ, ਓਏ ਤੇ ਮਲੰਗ ਆ ਇਹ ਸੇ ਤੋਂ ਤੰਗ ਆ, ਉਹ ਬਖਤੂ ਤੂੰ ਇੱਥੇ, ਉਹ ਤੂੰ ਇੱਥੇ ਕਿਵੇਂ? ਯਾਰ ਮੇਰੇ ਮਾਮੇ ਦਾ ਪਿੰਡ ਏ ਅਤੇ ਮੈਂ ਇਸ ਕਰਕੇ ਇਸ ਪਿੰਡ 'ਚ ਛੁੱਟੀਆਂ ਗੁਜ਼ਾਰਨ ਆਇਆ ਵਾਂ, ਔਰ ਤੂੰ ਨਹੀਂ ਬੋਲਦਾ ਓਏ, ਕਿਆ ਘੜੀ ਗੁੱਲੀ ਵਰਗਾ ਮੂੰਹ ਆ ਤੇਰਾ? ਮੇਰਾ ਨਾਂ ਗੁੱਲੀ ਨਹੀਂ, ਮੇਰਾ ਨਾਂ ਰੌਲਾ ਹੈ, ਰੌਲਾ ਰੌਲਾ। ਇਹ ਜਦੋਂ ਜੰਮਿਆ ਪੂਰੇ ਪਿੰਡ 'ਚ ਰੌਲਾ ਪੈ ਗਿਆ, ਹਰ ਬੰਦਾ ਕਹਿੰਦਾ ਸੀ ਮੇਰਾ ਹੈ ਮੇਰਾ ਹੈ। ਆਹਾ, ਮੇਰਾ ਸਬਰ ਔਰ ਹੌਸਲਾ ਚੈੱਕ ਕਰੋ, ਮੈਂ ਉਸ ਮੌਕੇ 'ਤੇ ਵੀ ਚੁੱਪ ਰਿਹਾ। ਮੈਂ ਸਰਦਾਰ ਸਾਹਿਬ ਦਾ ਐਡਾ ਵੱਡਾ ਫੈਨ ਹਾਂ ਜੀ, 11:03 'ਤੇ ਪੀਰ ਮੰਗਲ ਬੁੱਧ ਮੈਂ ਉਹਨਾਂ ਦਾ ਪ੍ਰੋਗਰਾਮ ਇੱਕ ਮਿਸ ਨਹੀਂ ਸਾ ਕਰਦਾ। ਮਜ਼ਾਕ ਉਧਾਰ ਪੈਸੇ ਚੁੱਕ ਜਾਣਾ ਪੈਂਦਾ ਸੀ ਅਤੇ ਮੈਂ ਚਲਾ ਜਾਣਾ ਸਾਂ ਡਰਾਮਾ ਦੇਖਣ। 11:05 'ਤੇ ਤੁਹਾਡਾ ਹੀ ਫੋਨ ਆਇਆ ਮੈਨੂੰ ਕਿ ਸਰਦਾਰ ਸਾਹਿਬ ਦੀ ਡੈਥ ਹੋ ਗਈ। 10 ਮਿੰਟ ਦੇ ਵਿੱਚ ਵਿੱਚ ਇੱਕ ਖਾਕਾ ਦੇਣ 'ਚ ਆਇਆ, ਕਿਉਂਕਿ ਨਾ ਮੈਨੂੰ ਕਲਮ ਫੜਨੀ ਆਉਂਦੀ ਨਾ ਕਾਪੀ, ਕਿ ਮੈਂ ਤਾਂ ਨਵੀਨਾ ਵਾਂ। ਮੈਂ ਕੁਝ ਲਿਖਿਆ ਸਰਦਾਰ ਸਾਹਿਬ ਲਈ, ਮੈਂ ਔਨ ਸਕਰੀਨ ਸੁਣਾਉਣਾ ਚਾਹਾਂਗਾ ਤੁਹਾਨੂੰ ਵੀ ਔਰ ਸਾਰੇ ਫਨਕਾਰਾਂ ਨੂੰ ਵੀ, ਅਤੇ ਹਰ ਸ਼ੇਰ 'ਤੇ ਜਿਹੜੇ ਜਿਹੜੇ ਵੱਡੇ ਸ਼ੇਰ ਨੇ ਓਡੀ ਵੱਡੀ ਦਾਤ ਚਾਹਾਂਗਾ ਜ਼ਰੂਰ। ਪਾਕਿਸਤਾਨ 'ਚ ਹੋਇਆ ਇੱਕ ਫਨਕਾਰ ਕਮਾਲ, ਫਨ ਦੀ ਦੁਨੀਆ ਦਾ ਸਰਦਾਰ ਸਰਦਾਰ ਕਮਾਲ। ਸਰਦਾਰ ਕਮਾਲ ਬਣਿਆ ਕਿੱਦਾਂ? ਫੈਸਲਾਬਾਦ ਦੀ ਧਰਤੀ 'ਤੇ ਉਹਨੇ ਜਨਮ ਲਿਆ, ਲਾਹੌਰ 'ਚ ਆ ਕੇ ਬਣ ਗਿਆ ਸੁਪਰ ਸਟਾਰ ਕਮਾਲ। ਅਤੇ ਪਹਿਲੀ ਗੱਲ, ਇਨਸਾਨ ਬੜਾ ਉਹ ਚੰਗਾ ਸੀ, ਐਸਾ ਹੀ ਗੱਲ, ਫਿਰ ਵੱਡਾ ਸੀ ਕਲਾਕਾਰ ਕਮਾਲ, ਅਤੇ ਉਸ ਬੰਦੇ ਵਿੱਚ ਆਕੜ ਨਾ ਮਗਰੂਰੀ ਸੀ, ਹਰ ਬੰਦੇ ਨੂੰ ਕਰਦਾ ਸੀ ਉਹ ਪਿਆਰ ਕਮਾਲ। ਅਤੇ ਥੀਏਟਰ ਦੀ ਦੁਨੀਆ ਦਾ ਉਹ ਤਾਂ ਬਾਦਸ਼ਾਹ ਸੀ, ਫਿਲਮਾਂ ਵਿੱਚ ਵੀ ਕੀਤੇ ਸਨ ਕਰਦਾਰ ਕਮਾਲ। ਇੱਕ ਨੋਵਲ, ਇੱਕ ਕਿਤਾਬ, ਇੱਕ ਚੀਜ਼ ਵਾਰ ਵਾਰ ਪੜ੍ਹ ਕੇ, ਇੱਕ ਚੀਜ਼ ਨੂੰ ਵਾਰ ਵਾਰ ਦੇਖ ਕੇ ਸੁਣ ਕੇ ਬੰਦਾ ਅੱਕ ਜਾਂਦਾ ਹੈ, ਲੇਕਿਨ 25-26 ਵਰੇ ਪਹਿਲਾਂ ਦੀ ਗੱਲ ਹੈ, ਅੱਜ ਵੀ ਉਹ ਚੀਜ਼ ਨਵੀਂ ਹੈ ਕਿ ਅੱਜ ਵੀ ਲੋਕ ਸਰਾਵਣ ਉਹਨੂੰ ਥਾਂ ਥਾਂ 'ਤੇ ਆਏ ਹੋਏ ਹੈ। ਚੂੜੀਆਂ ਫਿਲਮ ਸੀ ਇੱਕੋ ਦੀ ਸ਼ਾਹਕਾਰ ਕਮਾਲ, ਯਾਰ ਨਿਭਾਉਂਦੇ ਯਾਰੀਆਂ ਇਹ ਜੱਗ ਜਾਣਦਾ ਹੈ, ਬਖਤੂ ਦਾ ਕਿਆ ਬਣਿਆ ਯਾਰ ਸਰਦਾਰ ਕਮਾਲ, ਔਰ ਅਕਮਲ ਵਰਗੇ ਨੈਣ ਨਕਸ਼ ਉਸ ਗੱਭਰੂ ਦੇ। ਆਹਾ, ਵੱਡੇ ਅਕਮਲ ਸਾਹਿਬ, ਨਵੇਂ ਅਕਮਲ ਸਾਹਿਬ ਅਤੇ 3 ਨੰਬਰ 'ਤੇ ਸਰਦਾਰ ਕਮਾਲ ਸਾਹਿਬ। ਅਕਮਲ ਵਰਗੇ ਨੈਣ ਨਕਸ਼ ਉਸ ਗੱਭਰੂ ਦੇ, ਉਹਦੇ ਵਰਗਾ ਹੀ ਸੀ ਉਹ ਅਦਾਕਾਰ ਕਮਾਲ, ਅਤੇ 100 ਸੁਨਾਰ ਅਤੇ 1 ਲੁਹਾਰ ਦੀ ਮਿਸਲ ਸੀ ਉਹ, 100 ਸੁਨਾਰ ਅਤੇ 1 ਲੁਹਾਰ ਦੀ ਮਿਸਲ ਸੀ ਉਹ, ਕਦੀ ਕਿਸੇ ਤੋਂ ਮੰਨਦਾ ਨਹੀਂ ਸੀ ਹਾਰ ਕਮਾਲ। ਅਤੇ ਅਖੀਰੀ ਵੇਲਿਆਂ ਦੀ ਗੱਲ ਹੈ ਕਿ ਮਜ਼ਾਕਰਾਤ ਵਿੱਚ ਉਹਦੀ ਅਤੇ ਸਖਾਵਤ ਦੀ, ਸ਼ੇਰ 'ਤੇ ਗੌਰ ਕਰਨਾ ਕਿ ਮਜ਼ਾਕਰਾਤ ਵਿੱਚ ਉਹਦੀ ਅਤੇ ਸਖਾਵਤ ਦੀ, ਉਹ ਸੁਣ ਕੇ ਲੋਕ ਹੱਸਦੇ ਸੀ ਤਕਰਾਰ ਕਮਾਲ। ਵੇਖ ਨਹੀਂ ਸਾਂ ਸਕਦਾ ਪਰ ਉਹਨੂੰ ਸੁਣਦਾ ਸਾਂ, ਉਹਦੇ ਨਾਲ ਜੁੜੀ ਸੀ ਦਿਲ ਦੀ ਤਾਰ ਕਮਾਲ, ਅਤੇ ਹਾਸੇ ਵੰਡਣ ਵਾਲਾ ਰੋਣੇ ਦੇ ਗਿਆ ਹੈ, ਉਲਾਰ ਸਾਨੂੰ ਛੱਡ ਕੇ ਟੁਰ ਗਿਆ ਪਾਰ ਕਮਾਲ। ਏਡੀ ਜਲਦੀ ਕੀਤੀ ਆ ਤੂੰ ਜਾਵਣ ਵਿੱਚ, ਸੁੰਝਾ ਛੱਡ ਕੇ ਟੁਰ ਗਿਆ ਤੂੰ ਘਰ ਬਾਰ ਕਮਾਲ, ਦਿਲ ਦੇ ਵਿਹੜੇ ਵਿੱਚ ਬਸ ਉਹਦੀਆਂ ਯਾਦਾਂ ਨੇ, ਮੇਰਾ ਸੀ ਦਿਲਦਾਰ ਮੇਰਾ ਗਮਖਾਰ ਕਮਾਲ, ਅਤੇ ਮੇਰੇ ਦਿਲ ਉਸਤਾਦ ਉਹਨੂੰ ਹੀ ਮੰਨਿਆ ਸੀ, ਤਦੇ ਹੀ ਦੁਨੀਆ ਕਹਿੰਦੀ ਏ ਵਕਾਰ ਕਮਾਲ, ਤਦੇ ਹੀ ਦੁਨੀਆ ਕਹਿੰਦੀ ਏ ਵਕਾਰ ਕਮਾਲ। ਹਾਏ ਹਾਏ, ਵਕਾਰ ਸਾਹਿਬ ਤੁਸੀਂ ਫੜ ਕੇ ਦਿਲ ਹਿਲਾ ਛੱਡਿਆ, ਔਰ
ਰੱਬ ਸੋਹਣਾ ਸਰਦਾਰ ਸਾਹਿਬ ਨੂੰ ਜੰਨਤ 'ਚ ਆਲਾ ਮੁਕਾਮ ਅਤਾ ਫਰਮਾਏ। ਸਾਡੇ ਸੀਨੀਅਰ, ਸਾਡੇ ਵੱਡੇ, ਉਹਨਾਂ ਦੀ ਸ਼ਫਕਤ ਬਾਪ ਦੀ ਤਰ੍ਹਾਂ। ਇਹਦੇ ਨਾਲ ਹੀ ਵਿੱਕੀ ਭਾਈ ਨੂੰ ਅਤੇ ਨਈਮ ਸ਼ੌਕੀ ਨੂੰ ਇਜਾਜ਼ਤ ਦਿਓ, ਮਿਲਾਂਗੇ ਨਵੀਂ ਫਨਕਾਰੀਆਂ ਦੇ ਨਾਲ। ਰੱਬ ਰਾਖਾ।